ਹੈਲੋ ਸਟੂਡੈਂਟਸ, ਕੀ ਹਾਲ ਨੇ ਸਾਰਿਆਂ ਦੇ? ਆਈ ਹੋਪ ਸਾਰੇ ਵਧੀਆ ਹੋਣਗੇ ਅਤੇ ਘਰ ਹੀ ਹੋਣਗੇ। ਅਤੇ ਅਸੀਂ ਸਾਰੇ ਉਮੀਦ ਕਰ ਰਹੇ ਹਾਂ, ਜੋ ਵੀ ਵੀਡੀਓਜ਼ ਇਹ ਸੈਸ਼ਨ ਤਿਆਰ ਕਰ ਰਹੇ ਨੇ, ਕਿ ਤੁਸੀਂ ਇਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਧਿਆਨ ਨਾਲ ਸਮਝ ਰਹੇ ਹੋਣਗੇ ਅਤੇ ਤੁਸੀਂ ਆਪਣੀ ਨੋਟਬੁੱਕਸ 'ਤੇ ਰਾਈਟ ਡਾਊਨ ਵੀ ਕਰ ਰਹੇ ਹੋਵੋਗੇ। ਚਲੋ ਅੱਜ ਆਪਾਂ ਨੈਕਸਟ ਸੈਸ਼ਨ ਸ਼ੁਰੂ ਕਰਦੇ ਹਾਂ, ਜਿਸ ਦਾ ਨਾਮ ਹੈਗਾ ਪ੍ਰਭਾਵਸ਼ਾਲੀ ਗੱਲਬਾਤ ਕਰਨਾ। ਐਂਡ ਇਹ ਸੈਸ਼ਨ ਹੈਗਾ ਆਪਣਾ ਲੈਵਲ 4 ਦਾ, ਮੀਨਸ 12th ਕਲਾਸ ਦਾ। ਸੋ ਸੈਸ਼ਨ ਨੰਬਰ 8, ਕਮਿਊਨੀਕੇਟਿੰਗ ਇਫੈਕਟਿਵਲੀ। ਇਟ ਮੀਨਸ ਆਪਾਂ ਜਦੋਂ ਕੋਈ ਗੱਲ ਕਰਨੀ ਆ, ਉਹ ਇੰਨੀ ਪ੍ਰਭਾਵਸ਼ਾਲੀ ਹੋਣੀ ਚਾਹੀਦੀ ਹੈ ਕਿ ਸਾਹਮਣੇ ਜੋ ਵੀ ਉਸਨੂੰ ਵਿਅਕਤੀ ਸੁਣ ਰਿਹਾ ਹੈ, ਉਹ ਹਮੇਸ਼ਾ ਉਸਨੂੰ ਯਾਦ ਰਹੇ ਜਾਂ ਉਹਦੇ ਉੱਤੇ ਕੋਈ ਇੱਕ ਛਾਪ ਛੱਡ ਜੇ। ਤਾਂ ਇਹ ਮੋਸਟਲੀ ਪ੍ਰਭਾਵਸ਼ਾਲੀ ਗੱਲਬਾਤ ਆਪਾਂ ਮੋਸਟਲੀ ਜਿੱਥੇ ਕੰਮ ਕਰਦੇ ਹਾਂ ਐਜ਼ ਏ ਪ੍ਰੋਫੈਸ਼ਨਲ, ਉੱਥੇ ਆਪਾਂ ਜ਼ਿਆਦਾ ਯੂਜ਼ ਕਰਦੇ ਹਾਂ, ਕਿਉਂਕਿ ਇੱਥੇ ਉਸ ਸਮੇਂ ਉੱਥੇ ਇਸਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਅਤੇ ਇਸਦੀ ਅਹਿਮੀਅਤ ਵੀ ਬਹੁਤ ਜ਼ਿਆਦਾ ਹੁੰਦੀ ਹੈ। ਤਾਂ ਧਿਆਨ ਦੇਣ ਯੋਗ ਜਿਹੜੀਆਂ ਗੱਲਾਂ ਨੇ, ਜਦੋਂ ਵੀ ਅਸੀਂ ਪ੍ਰਭਾਵਸ਼ਾਲੀ ਗੱਲਬਾਤ ਕਰਨੀ ਹੈ, ਹਾਂਜੀ, ਚਾਹੇ ਅਸੀਂ ਉਸਦੇ ਵਿੱਚ ਫੋਨ 'ਤੇ ਗੱਲ ਕਰ ਰਹੇ ਹੋਈਏ ਜਾਂ ਕੋਈ ਈਮੇਲ 'ਤੇ ਜਾਂ ਆਮਣੇ ਸਾਹਮਣੇ, ਤਾਂ ਇਹ ਉਦੋਂ ਹੁੰਦੀ ਹੈ। ਇਸ ਵਿੱਚ ਜੋ ਧਿਆਨ ਦੇਣ ਯੋਗ ਵਾਲੀਆਂ ਗੱਲਾਂ ਨੇ ਉਹ ਕਿਹੜੀਆਂ ਨੇ? ਕਿ ਅਸੀਂ ਸਹੀ ਵਿਆਕਰਨ ਯੂਜ਼ ਕਰ ਰਹੇ ਹਾਂ, ਅਸੀਂ ਸੁਚੇਤ ਹੋ ਕੇ ਸੁਣ ਰਹੇ ਹਾਂ, ਮੀਨਸ ਵੀ ਆਰ ਐਕਟਿਵ ਲਿਸਨਰ ਔਰ ਨੋਟ, ਐਂਡ ਉਹਨੂੰ ਅੱਛੀ ਤਰ੍ਹਾਂ ਰੀਡ ਕਰ ਪਾ ਰਹੇ ਹਾਂ, ਠੀਕ ਹੈ, ਜ਼ਰੂਰਤ ਨੂੰ ਪੂਰਾ ਕਰਨ ਅਤੇ ਸਮੱਸਿਆ ਦੇ ਹੱਲ ਵਿਗਾੜਨ ਦੇ ਸਾਰੇ ਅੰਤਰ, ਮੀਨਸ ਇਹ ਆਪਾਂ ਉਸ ਸਮੇਂ ਅਸੀਂ ਜਿਹੜੀ ਇਹ ਗੱਲਬਾਤ ਹੋ ਰਹੀ ਆ ਕਿ ਅਸੀਂ ਉਸਨੂੰ ਸਮੱਸਿਆ ਨੂੰ ਸਮਝ ਪਾ ਰਹੇ ਹਾਂ, ਉਸਦਾ ਕੋਈ ਸਲਿਊਸ਼ਨ ਲੱਭ ਪਾ ਰਹੇ ਹਾਂ, ਠੀਕ ਹੈ। ਤਾਂ ਇਹੋ ਜਿਹੀ ਜਿਹੜੀ ਗੱਲਬਾਤ ਹੁੰਦੀ ਹੈ, ਇਹਨਾਂ ਨੇ ਕਿਹਾ ਹੈਗਾ ਪ੍ਰੋਫੈਸ਼ਨਲ ਮਾਹੌਲ ਯਾਨੀ ਕਿ ਪੇਸ਼ਾਵਰ ਮਾਹੌਲ ਦੇ ਵਿੱਚ ਹੁੰਦੀ ਹੈ। ਤਾਂ ਪ੍ਰਭਾਵਸ਼ਾਲੀ ਗੱਲਬਾਤਾਂ ਦਾ ਫਾਇਦਾ ਕੀ ਹੈ? ਫਾਇਦਾ ਇਹ ਹੈ ਕਿ ਜਦੋਂ ਆਪਾਂ ਕਿਸੇ ਨਾਲ ਵਧੀਆ ਤਰੀਕੇ ਨਾਲ ਗੱਲ ਕਰਦੇ ਹਾਂ, ਹੰਬਲ ਹੋ ਕੇ ਗੱਲ ਕਰਦੇ ਹਾਂ, ਤਾਂ ਉਸਦਾ ਇਫੈਕਟ ਬਹੁਤ ਹੀ ਜ਼ਿਆਦਾ ਵਧੀਆ ਪੈਂਦਾ ਹੈ। ਅਗਰ ਮੰਨ ਲਓ ਅਸੀਂ ਆਪਣੀ ਕੋਈ ਗੱਲ ਕਿਸੇ ਤੋਂ ਮਨਵਾਉਣਾ ਚਾਹੁੰਦੇ ਹਾਂ ਜਾਂ ਮੀਨਸ ਅਸੀਂ ਚਾਹੁੰਦੇ ਕਿ ਇਹ ਪੂਰੀ ਹੋ ਜਾਵੇ, ਅਗਰ ਅਸੀਂ ਉਹਨੂੰ ਵਧੀਆ ਤਰੀਕੇ ਨਾਲ ਬੋਲਾਂਗੇ ਤਾਂ ਕਿਤੇ ਨਾ ਕਿਤੇ ਉਸਦੇ ਪੂਰੇ ਹੋਣ ਦੇ ਚਾਂਸਿਸ ਬਹੁਤ ਜ਼ਿਆਦਾ ਹੁੰਦੇ ਨੇ। ਅਗਰ ਅਸੀਂ ਰੋਬ ਨਾਲ ਬੋਲਾਂਗੇ ਜਾਂ ਕਿਸੇ ਨੂੰ ਡਰਾ ਕੇ ਧਮਕਾ ਕੇ ਬੋਲਾਂਗੇ ਤਾਂ ਉਹ ਗੱਲ ਕਦੇ ਵੀ ਪੂਰੀ ਨਹੀਂ ਹੋ ਸਕਦੀ। ਇਸ ਕਰਕੇ ਜਦੋਂ ਵੀ ਆਪਾਂ ਕਿਸੇ ਵੀ ਕੰਪਨੀ ਦੇ ਵਿੱਚ ਕੰਮ ਕਰਦੇ ਹਾਂ ਜਾਂ ਅਸੀਂ ਆਪਣੇ ਘਰ ਤੋਂ ਬਾਹਰ ਨਿਕਲਦਾ, ਤਾਂ ਸਾਨੂੰ ਪ੍ਰਭਾਵਸ਼ਾਲੀ ਗੱਲਬਾਤ ਜ਼ਰੂਰ ਕਰਨੀ ਚਾਹੀਦੀ ਹੈ। ਅੱਗੇ ਦੇਖੋ, ਇਸਦੇ ਵਿੱਚ ਸਿਰਫ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਤੁਸੀਂ ਸਹੀ ਗਰਾਮਰ ਯੂਜ਼ ਕਰੋ, ਐਕਟਿਵ ਲਿਸਨਰ ਹੋ, ਰੀਡ ਜੋ ਵੀ ਤੁਸੀਂ ਰੀਡ ਕਰ ਰਹੇ ਹੋ ਉਹਨੂੰ ਤੁਹਾਨੂੰ ਰੀਡਿੰਗ ਸਕਿੱਲਸ ਤੁਹਾਡੇ ਵਧੀਆ ਹੋਣੇ ਚਾਹੀਦੇ ਨੇ। ਅਗਰ ਆਪਾਂ ਅੱਗੇ ਇੱਕ ਅਭਿਆਸ ਦੀ ਗੱਲ ਕਰੀਏ ਜਿਸ ਦੇ ਵਿੱਚ ਦੱਸਿਆ ਹੋਇਆ ਗਾ ਸਾਨੂੰ ਵੀ ਪ੍ਰਭਾਵਸ਼ਾਲੀ ਤਰੀਕੇ ਨਾਲ ਗੱਲ ਕਿਵੇਂ ਕਰਨਾ ਹੈ, ਜਿਵੇਂ ਇੱਥੇ ਕੁਛ ਇਗਜ਼ੈਂਪਲਾਂ ਦਿੱਤੀਆਂ ਹੋਈਆਂ ਨੇ ਤੁਹਾਨੂੰ। ਇਗਜ਼ੈਂਪਲਾਂ ਦੇ ਵਿੱਚ ਉਹਨਾਂ ਨੇ ਕਿਹਾ ਗਾ ਜਿਵੇਂ ਚੂਜ਼ ਦਾ ਰਿਸਪੋਂਸ ਐਪਰੋਪ੍ਰੀਏਟ ਫੋਰ ਈਚ ਸਿਚੁਏਸ਼ਨ, ਠੀਕ ਹੈ। ਕੋਈ ਤੁਹਾਨੂੰ ਸਿਚੁਏਸ਼ਨ ਦਿੱਤੀ ਹੋਈ ਆ ਉੱਪਰ, ਤਾਂ ਤੁਸੀਂ ਦੇਖਣਾ ਕਿ ਉਹਦੇ ਵਿੱਚ ਏ ਸੂਟੇਬਲ ਹੈ ਕਿ ਬੀ ਸੂਟੇਬਲ ਹੈ, ਠੀਕ ਹੈ। ਜਿਵੇਂ ਮੈਂ ਇੱਕ ਦੋ ਤੁਹਾਨੂੰ ਪੜ੍ਹ ਕੇ ਸੁਣਾਉਂਦੀ ਹਾਂ, ਉਸ ਤੋਂ ਬਾਅਦ ਤੁਸੀਂ ਅਗਰ ਨੈਕਸਟ ਪੜ੍ਹੋਗੇ ਤਾਂ ਤੁਹਾਨੂੰ ਸਮਝ ਆਏਗਾ। ਜਿਵੇਂ ਫਸਟ ਦੇ ਵਿੱਚ ਉਹਨਾਂ ਨੇ ਕਿਹਾ ਹੋਇਆ ਗਾ, ਯੂਅਰ ਕਸਟਮਰ ਆਸਕ ਯੂ ਟੂ ਰਿਸਪੋਂਸ ਹਿਜ਼ ਹਰ ਰਿਕੁਐਸਟ ਵਾਇਲ ਔਨ ਦਾ ਕਾਲ, ਬਟ ਯੂ ਐਸ ਆ ਸੀ ਐਸ ਆਰ ਹੈਵ ਯੂਅਰ ਓਨ ਵਰਕ ਟੂ ਡੂ, ਠੀਕ ਹੈ। ਕਿਸੇ ਕਸਟਮਰ ਨੇ ਤੁਹਾਨੂੰ ਕੋਈ ਰਿਕੁਐਸਟ ਕੀਤੀ ਹੈ ਕਿਸੇ ਪ੍ਰੋਸੈਸ ਨੂੰ ਜਾਣਨ ਲਈ, ਜੋ ਵੀ ਓਨ ਦਾ ਕਾਲ, ਠੀਕ ਹੈ। ਤਾਂ ਉਸ ਸਮੇਂ ਤੁਸੀਂ ਕੀ ਕਰ ਰਹੇ ਹੋ, ਤੁਸੀਂ ਆਪਣਾ ਕੰਮ ਕਰ ਰਹੇ ਹੋ। ਤਾਂ ਜਦੋਂ ਤੁਸੀਂ ਆਪਣਾ ਕੰਮ ਕਰ ਰਹੇ ਹੋ ਤਾਂ ਤੁਸੀਂ ਜਿਹੜਾ ਤੁਹਾਡਾ ਕਸਟਮਰ ਹੈ, ਤਾਂ ਤੁਸੀਂ ਉਸਨੂੰ ਕਿਸ ਤਰ੍ਹਾਂ ਦਾ ਰਿਸਪੋਂਸ ਦੇਵੋਗੇ। ਜਿਵੇਂ ਫਸਟ ਹੈ, ਆਈ ਐਮ ਨੋਟ ਗੋਇੰਗ ਟੂ ਪ੍ਰੋਸੈਸ ਐਨੀਥਿੰਗ ਫੋਰ ਯੂ ਨਾਓ, ਆਈ ਐਮ ਬਿਜ਼ੀ, ਐਂਡ ਆਈ ਐਮ ਸੋਰੀ ਸਰ ਔਰ ਮੈਮ, ਆਈ ਰੀਅਲੀ ਵਿਸ਼ ਆਈ ਕੁੱਡ ਡੂ ਦੈਟ ਰਾਈਟ ਨਾਓ, ਹਾਓ ਈਵਰ ਐਜ ਏ ਕਸਟਮਰ ਸਰਵਿਸਿਸ ਰੀਪ੍ਰਜੈਂਟਿਵ, ਆਈ ਹੈਵ ਟੂ ਪ੍ਰੋਸੈਸ ਔਰਡਰ ਅਕੋਰਡਿੰਗ ਟੂ ਦਾ ਕਾਲ ਨੰਬਰ ਆਫ ਦਾ ਕਸਟਮਰਸ। ਹੁਣ ਦੇਖੋ, ਇਸ ਵਾਲੀ 'ਚ ਉਸਨੇ ਸਿੱਧਾ ਕਹਿ ਦਿਆ ਵੀ ਮੈਂ ਤੁਹਾਡੀ ਪ੍ਰੋਸੈਸ ਨੂੰ ਅੱਗੇ ਨਹੀਂ ਵਧਾ ਸਕਦਾ ਕਿਉਂਕਿ ਮੈਂ ਬਿਜ਼ੀ ਹਾਂ। ਅਗਰ ਸੈਕਿੰਡ ਵਾਲੇ 'ਤੇ ਧਿਆਨ ਦੇਈਏ ਤਾਂ ਉਹਨੇ ਕਿਹਾ ਗਾ, ਆਈ ਐਮ ਸੋਰੀ ਸਰ ਮੈਂ, ਤਾਂ ਜੋ ਆਹ ਲਿਖਿਆ ਉਸਨੇ ਆਈ ਐਮ ਸੋਰੀ ਸਰ ਮੈਂ, ਇਟ ਮੀਨਸ ਇਹ ਕੀ ਆ, ਉਹ ਥੋੜ੍ਹੇ ਜਿਹੇ ਮੈਨਰਸ ਦੇ ਨਾਲ ਗੱਲ ਕਰ ਰਿਹਾ ਗਾ, ਪਿਆਰ ਦੇ ਨਾਲ ਕਹਿ ਰਿਹਾ ਗਾ ਕਿ ਮੈਂ ਇਸ ਸਮੇਂ ਤੁਹਾਡਾ ਕੰਮ ਨਹੀਂ ਕਰ ਸਕਦਾ। ਤਾਂ ਅਕੋਰਡਿੰਗ ਟੂ ਮੀ ਦਿਸ ਇਜ਼ ਅ ਬੈਸਟ
rather than this. Okay, agar apan next di gal kariye, your boss gives you only 10 minutes lunch break. Thode boss ne thonu sirf 10 minute da lunch break ditta ga. ਹੁਣ ਇਸਦੇ ਵਿੱਚ ਇਹ ਤੁਹਾਨੂੰ ਕੰਡੀਸ਼ਨ ਦਿੱਤੀ ਹੈ ਤਾਂ ਤੁਸੀਂ ਇਸਦੇ ਵਿੱਚ ਦੇਖਣਾ ਗਾ ਕਿ ਕਿਹੜਾ ਸੂਟੇਬਲ ਹੈ ਜਿਵੇਂ ਫਸਟ ਦੀ ਗੱਲ ਕਰੀਏ ਸਰ ਮੈਮ ਕੁਡ ਵੀ ਹੈਵ ਅ ਲੌਂਗਰ ਲੰਚ ਬ੍ਰੇਕ 10 minutes is too short for having lunch and second no one can eat lunch in 10 minutes how rude this ਇਹ ਬਹੁਤ ਰੂਡ ਹੈ ਸਿੱਧਾ ਅਗਰ ਆਪਾਂ ਆਪਣੇ ਬੋਸ ਨੂੰ ਐਂ ਕਹਿ ਦਈਏ ਤਾਂ ਇਹ ਰੂਡ ਹੈ ਅਗਰ ਆਪਾਂ ਥੋੜ੍ਹਾ ਰਿਕੁਐਸਟ 'ਤੇ ਹੰਬਲ ਹੋ ਕੇ ਕਹੀਏ ਸਰ ਮੈਮ ਕੁਡ ਵੀ ਹੈਵ ਅ ਲੌਂਗਰ ਲੰਚ ਬ੍ਰੇਕ 10 minutes is too short ਤਾਂ ਸਰ ਮੈਮ ਕੁਡ ਵੀ ਹੈਵ ਤਾਂ ਜੋ ਇਹ ਸਾਰੀ ਚੀਜ਼ਾਂ ਨੇ ਇਹ ਕੀ ਨੇ ਇੱਕ ਪ੍ਰਭਾਵਸ਼ਾਲੀ ਦੱਸ ਰਹੀਆਂ ਕਿਵੇਂ ਗੱਲ ਕਰਨੀ ਹੈ ਕਿਵੇਂ ਤੁਸੀਂ ਇਫੈਕਟਿਵਲੀ ਕਮਿਊਨੀਕੇਟ ਕਰ ਸਕਦੇ ਹਾਂਜੀ ਜੇ ਅੱਗੇ ਆਪਾਂ ਅਭਿਆਸ 2 ਦੀ ਗੱਲ ਕਰੀਏ ਤਾਂ ਇਸਦੇ ਵਿੱਚ ਆਪਾਂ ਨੇ ਪਾਸਟ ਕੰਟੀਨਿਊ ਸੈਂਟੈਂਸ ਦੇਖਣੇ ਆ ਵੀ ਕਿਹੜੇ ਨੇ ਜਿਹੜੇ ਕਿ ਆਪਣੇ ਕੋਲ ਉਰੇ ਲਿਖੇ ਹੋਏ ਨੇ ਤਾਂ ਅਗਰ ਆਪਾਂ ਰੂਲ ਦੀ ਗੱਲ ਕਰੀਏ ਤਾਂ ਆਪਣੇ ਕੋਲ ਜੋ ਰੂਲ ਹੈ ਉਹ ਕੀ ਹੁੰਦਾ ਗਾ ਸਬਜੈਕਟ ਪਲੱਸ ਵਾਸ ਵਰਡ ਪਲੱਸ ਵਰਬ ਦੀ ਫਸਟ ਫੋਰਮ ਐਂਡ ਪਲੱਸ ਆਈ ਐਨ ਜੀ ਪਲੱਸ ਓਬਜੈਕਟ ਠੀਕ ਹੈ ਅਗਰ ਤੁਹਾਡੇ ਕੋਲ ਤੁਹਾਨੂੰ ਇਹ ਰੂਲਸ ਯਾਦ ਹੈ ਤਾਂ ਤੁਸੀਂ ਪਾਸਟ ਕੰਟੀਨਿਊਸ ਆਸਾਨੀ ਦੇ ਨਾਲ ਦੇਖ ਸਕਦੇ ਹੋ ਉਸ ਦੇ ਵਿੱਚ ਕਿਹੜਾ ਗਾ ਅਗਰ ਫਸਟ ਦੇਖੀਏ ਆਈ ਵਾਜ਼ ਟੋਕਿੰਗ ਟੂ ਮਾਈ ਬੋਸ ਤਾਂ ਆਈ ਵਾਜ਼ ਐਂਡ ਟੋਕਿੰਗ ਵਰਬ ਦੀ ਫਸਟ ਫੋਰਮ ਦੇ ਨਾਲ ਆਈ ਐਨ ਜੀ ਹੈਗਾ ਤਾਂ ਇਹ ਪਾਸਟ ਕੰਟੀਨਿਊਸ ਹੈਗਾ ਹੀ ਇਜ਼ ਡਿਮਾਂਡਿੰਗ ਇਜ਼ ਆ ਗਿਆ ਤਾਂ ਨਹੀਂ ਹੋ ਸਕਦਾ ਵਾਜ਼ ਅਤੇ ਵਰਬ ਦੇਖਣਾ ਫਸਟ ਤਾਂ ਤੁਹਾਡੀ ਪ੍ਰਾਇਓਰਟੀ ਇਹ ਹੈ ਕਿ ਤੁਸੀਂ ਵਾਜ਼ ਵਰਬ ਦੇਖਣਾ ਗਾ ਉਸ ਤੋਂ ਬਾਅਦ ਦੇਖਣਾ ਗਾ ਕਿ ਵਰਬ ਦੀ ਫੋਰਮ ਵਰਬ ਦੀ ਫੋਰਮ ਦੇ ਨਾਲ ਆਈ ਐਨ ਜੀ ਹੈ ਕਿ ਨਹੀਂ ਸੈਕਿੰਡ ਦੇਖੋ ਵਾਜ਼ ਆਸਕਿੰਗ ਆਈ ਰਿਫਿਊਜ਼ਡ ਇਹ ਓਨਲੀ ਸੈਕਿੰਡ ਫੋਰਮ ਹੈ ਅਤੇ ਇਹ ਨਹੀਂ ਹੋ ਸਕਦਾ ਐਵਰੀ ਵਨ ਹੈਜ਼ ਬੀਨ ਇਹ ਵੀ ਨਹੀਂ ਹੈਗਾ ਮਾਈ ਕੋਲੀਗਸ ਵਰ ਆਲਸੋ ਟੈਲਿੰਗ ਇਟ ਮੀਨਸ ਇਹ ਹੈਗਾ ਵੀ ਵਰ ਥਿੰਕਿੰਗ ਅਬਾਊਟ ਇਹ ਵੀ ਹੈਗਾ ਓਕੇ ਅਗਰ ਅੱਗੇ ਨੈਕਸਟ ਮੂਵ ਕਰੀਏ ਤਾਂ ਮੁਲਿਆਂਕਣ ਹੈ ਜੋ ਤੁਸੀਂ ਆਪਣੀ ਨੋਟਬੁੱਕਸ 'ਤੇ ਕਰਨਾ ਗਾ ਉਸਦੇ ਵਿੱਚ ਵੀ ਆਪਾਂ ਨੂੰ ਜੋ ਹਦਾਇਤ ਦਿੱਤੀ ਹੋਈ ਹੈ ਕਿ ਹੇਠਾਂ ਲਿਖੀਏ ਵਾਕਾਂ ਵਿੱਚ ਕਿਰਿਆ ਨੂੰ ਪਾਸਟ ਕੰਟੀਨਿਊਸ ਦੇ ਵਿੱਚ ਤੁਸੀਂ ਚੇਂਜ ਕਰਨਾ ਗਾ ਠੀਕ ਹੈ ਤਾਂ ਇਹ ਸਾਡੇ ਕੋਲ ਦਿੱਤੇ ਹੋਏ ਨੇ ਜੋ ਵੀ ਟੈਂਸ ਸੈਂਟੈਂਸ ਤਾਂ ਤੁਸੀਂ ਇਹਨੂੰ ਪਾਸਟ ਕੰਟੀਨਿਊਸ ਦੇ ਵਿੱਚ ਚੇਂਜ ਕਰਨਾ ਗਾ ਤਾਂ ਰੂਲ ਮੈਨੇ ਉਰੇ ਲਿਖਿਆ ਹੋਇਆ ਗਾ ਠੀਕ ਹੈ ਤਾਂ ਇਹੀ ਤੁਹਾਡਾ ਇਸ ਲੈਸਨ ਦਾ ਹੋਮਵਰਕ ਹੈ ਕੋਈ ਇਸ ਦੇ ਵਿੱਚ ਜ਼ਿਆਦਾ ਹੈ ਨਹੀਂ ਠੀਕ ਹੈ ਤੁਸੀਂ ਇੱਕ ਆਪਣੀ ਮੁਲਿਆਂਕਣ ਕਰਨੀ ਹੈ ਨੋਟਬੁੱਕ 'ਤੇ ਉਸ ਤੋਂ ਬਾਅਦ ਤੁਸੀਂ ਇਹ ਵਾਲਾ ਅਭਿਆਸ ਪੜ੍ਹਨਾ ਗਾ ਅਤੇ ਆਪਣੀ ਨੋਟਬੁੱਕ 'ਤੇ ਲਿਖਣਾ ਵੀ ਹੈ ਠੀਕ ਹੈ ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਕਿ ਪ੍ਰਭਾਵਸ਼ਾਲੀ ਤਰੀਕੇ ਨਾਲ ਕਿਵੇਂ ਗੱਲ ਕਰਦੇ ਨੇ ਉਸ ਤੋਂ ਬਾਅਦ ਹੋਰ ਇਸਦੇ ਵਿੱਚ ਕੋਈ ਲਿਖਣ ਵਾਲੀ ਗੱਲ ਹੈ ਨਹੀਂ ਸਿਰਫ ਸਮਝਣ ਵਾਲੀ ਹੈ ਅੱਜ ਦੇ ਲਈ ਇੰਨਾ ਹੀ ਕਾਫੀ ਹੈ ਬਾਏ ਟੇਕ ਕੇਅਰ ਸਟੂਡੈਂਟਸ